ਵਰਕਰ ਯੂਨੀਅਨ ਦੀ ਸਟੇਟ ਬੋਡੀ ਦੇ ਵੱਲੋਂ ਲਿੱਤੇ ਗਏ ਫੈਸਲੇ ਦੇ ਮੁਤਾਬਕ ਡੀਸੀ ਦਫ਼ਤਰ ਦੇ ਸਮੂਹ ਵਰਕਰ ਅਨਿਸ਼ਚਿਤ ਕਾਲੀਨ ਕਲਮ ਛੋੜ ਹੜਤਾਲ ਤੇ ਬੈਠ ਗਏ। ਇਸ ਦੇ ਚਲਦੇ ਸਾਰੇ ਦਫ਼ਤਰਾਂ ਦਾ ਕੰਮ ਕਾਜ ਠੱਪ ਹੋ ਗਿਆ। ਹੜਤਾਲ ਤੇ ਜਾਣ ਤੋਂ ਪਹਿਲਾਂ ਵਰਕਰਾਂ ਨੇ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਪੰਜਾਬ ਦੇ ਪੂਰੇ ਜਿਹੜੇ ਹੈਗੇ ਨੇ ਡੀਸੀ ਦਫ਼ਤਰ, ਉਪ ਮੰਡਲ ਮੈਜਿਸਟਰੇਟ ਦਫ਼ਤਰ, ਤਹਿਸੀਲਾਂ ਦੇ ਸਭ ਤਹਿਸੀਲਾਂ ਦੇ ਵਿੱਚ ਹੈ ਜਿਹੜੀ ਹੜਤਾਲ ਹੈ, ਕੱਲ੍ਹ ਤੋਂ ਸ਼ੁਰੂ ਕੀਤੀ ਗਈ ਹੈ, ਜੋ ਕਿ ਅਣਮਿੱਥੇ ਸਮੇਂ ਲਈ ਇਹ ਲਾਗੂ ਰਹੂਗੀ। ਸਰਕਾਰ ਨੂੰ 10 ਦਿਨਾਂ ਦਾ ਨੋਟਿਸ ਦਿੱਤਾ ਗਿਆ ਸੀ ਕਿ 10 ਦਿਨਾਂ ਦੇ ਵਿੱਚ ਸਰਕਾਰ ਹੈ ਜਿਹੜੀ ਇਹ ਮੰਨੀਆਂ ਹੋਈਆਂ ਮੰਗਾਂ ਦੇ ਨੋਟੀਫਿਕੇਸ਼ਨ ਲਾਗੂ ਕਰੇ, ਲੇਕਿਨ ਸਰਕਾਰ ਨੇ ਮੁਲਾਜ਼ਮਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ ਹੈ। ਇਸ ਲਈ ਹੁਣ ਮੁਲਾਜ਼ਮਾਂ ਦੇ ਵਿੱਚ ਵੀ ਤੁਹਾਨੂੰ ਦੇਖਿਆ ਦੇਖਣ ਨੂੰ ਰੋਸ ਪਾਇਆ ਜਾ ਰਿਹਾ ਇਹ, ਕਿਉਂਕਿ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਮੰਗਾਂ ਨੇ ਲਟਕਾਈਆਂ ਜਾ ਰਹੀਆਂ ਨੇ। IAS ਅਫਸਰਾਂ ਨੂੰ ਸਾਰੇ ਪੱਤੇ ਨੇ ਜਿਹੜੇ ਏਰੀਅਰ ਹੈ, ਅਤੇ ਉਹਨਾਂ ਨੂੰ DA ਦੀਆਂ ਕਿਸ਼ਤਾਂ ਨੂੰ ਵੀ ਰਿਲੀਜ਼ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਮੰਤਰੀਆਂ ਵਾਸਤੇ ਕੋਈ ਵੀ ਖਜ਼ਾਨਾ ਖਾਲੀ ਨਹੀਂ ਹੈ। ਖਜ਼ਾਨਾ ਤਾਂ ਸਿਰਫ ਕਰਮਚਾਰੀਆਂ ਵਾਸਤੇ ਅਤੇ ਆਮ ਜਨਤਾ ਵਾਸਤੇ ਖਾਲੀ ਹੈ, ਇਹਨਾਂ ਵਾਸਤੇ ਕੋਈ ਖਜ਼ਾਨਾ ਖਾਲੀ ਨਹੀਂ ਹੈ। ਅੱਜ ਤਕਰੀਬਨ 2500 ਤੋਂ 3000 ਜਿਹੜਾ ਮੁਲਾਜ਼ਮ ਹੈ ਜੋ ਪੂਰੇ ਪੰਜਾਬ ਦੇ ਵਿੱਚ DC ਆਫਿਸਾਂ ਦੇ ਵਿੱਚ ਹੈ ਜਿਹੜਾ, ਉਹ ਪੂਰਾ ਕਲਮ ਛੋੜ ਹੜਤਾਲ 'ਤੇ ਹੈ, ਜਿਹਦੇ ਨਾਲ ਰੋਜ਼ਾਨਾ ਦੇ ਹੋਣ ਵਾਲੇ DC ਦਫ਼ਤਰਾਂ ਦੇ ਕੰਮ ਹੋ ਗਏ, ਰਜਿਸਟਰੀਆਂ ਹੋ ਗਈਆਂ, ਬੱਚਿਆਂ ਦੇ ਸਰਟੀਫਿਕੇਟ ਹੋ ਗਏ, ਹੋਰ ਜਿੰਨੇ ਵੀ ਕੰਮ ਨੇ DC ਆਫਿਸਾਂ ਦੇ ਵਿੱਚ ਹੁੰਦੇ ਨੇ, ਉਹ ਮੁਕੰਮਲ ਤੌਰ 'ਤੇ ਕੰਮ ਆ ਜਿਹੜਾ ਪੂਰੀ ਤਰ੍ਹਾਂ ਕੇ ਠੱਪ ਪਿਆ। ਮੁੱਖ ਮੰਗਾਂ ਦੇ ਵਿੱਚ ਜਿਹੜਾ ਸਾਡਾ ਹੈਗਾ DA ਦੀਆਂ ਜਿਹੜੀਆਂ ਪੁਰਾਣੀਆਂ ਕਿਸ਼ਤਾਂ ਨੇ, ਉਹ ਸਰਕਾਰ ਇੱਕ ਮੁਸ਼ਕ ਇਹਨਾਂ ਨੂੰ ਜਿਹੜੀਆਂ ਹੈਗੀਆਂ ਨੇ ਉਹ ਰਿਲੀਜ਼ ਕਰੇ, ਜਿਹੜਾ ਦਾ ਬਕਾਇਆ ਉਹ ਰਿਲੀਜ਼ ਕੀਤਾ ਜਾਵੇ, 3 ਸਾਲ ਤੋਂ ਘਟਾ ਜਿਹੜਾ 2 ਸਾਲ ਦਾ ਸਮਾਂ ਪ੍ਰੋਵੀਜ਼ਨ ਪੀਰੀਅਡ ਦੇ ਵਿੱਚ ਉਹ ਘਟਾਇਆ ਜਾਵੇ, ਅਤੇ ਜਿਹੜਾ ਇਹਨਾਂ 'ਤੇ ਜਿਹੜੀ ਬੇਸਿਕ ਪੇ ਦਾ ਲਾਇਆ ਵਾ ਉਹ ਤਨਖਾਹ ਬੱਚੇ ਇਹਨਾਂ ਦੀ ਪੂਰੀ ਹੋਣੀ ਚਾਹੀਦੀ ਆ, ਕਿਉਂਕਿ ਪੂਰਾ ਕੁਆਲੀਫਾਈਡ ਹੋਣ ਤੋਂ ਬਾਅਦ ਹੀ ਕਰਮਚਾਰੀ ਆ ਜਿਹੜਾ ਉਹ ਸੇਵਾ ਦੇ ਵਿੱਚ ਆਉਂਦਾ ਪੂਰੇ ਟੈਸਟ ਦੇਣ ਤੋਂ ਬਾਅਦ। ਫਿਰ ਇਹਦਾ ਮਤਲਬ ਉਹਨੂੰ 10,000 ਰੁਪਏ ਤੋਂ ਤਨਖਾਹ ਕਰਨ ਦਾ ਕੀ ਮਤਲਬ, ਉਹ ਤਾਂ ਫਿਰ ਪ੍ਰਾਈਵੇਟ ਕੰਮ ਹੋਇਆ, ਸਰਕਾਰੀ ਇੱਕੋ ਬਰਾਬਰ ਹੋਇਆ। ਇਹ ਜਿਹੜੀਆਂ ਮੁੱਖ ਮੰਗਾਂ ਦੇ ਵਿੱਚ ਸਾਡੇ ਸ਼ਾਮਲ। ਰੋਪੜ ਜ਼ਿਲ੍ਹੇ ਦੇ ਕਿੰਨਾ ਕੁ ਦੋ ਦਿਨ ਜਿੱਦਾਂ ਹੜਤਾਲ ਦੌਰਾਨ ਨੁਕਸਾਨ ਹੋ? ਤਕਰੀਬਨ 1 ਦਿਨ ਦਾ 20 ਤੋਂ 25 ਲੱਖ ਰੁਪਏ ਦਾ ਜਿਹੜਾ ਮਾਲੀ ਹੈ ਜਿਹੜਾ ਸਰਕਾਰ ਨੂੰ ਜਾਂਦਾ ਹੈ, ਜਿਹਦਾ ਕਿ ਸਰਕਾਰ ਨੂੰ ਨੁਕਸਾਨ ਹੋਇਆ। ਜੇ ਤੁਹਾਨੂੰ ਕੱਲ੍ਹ ਵੀ ਦੱਸਿਆ ਇਹਨਾਂ ਨੂੰ ਕੱਲ੍ਹ ਵੀ ਰਜਿਸਟਰੀਆਂ ਕਰਨ ਦੀ ਸ਼ਾਮੀ 5 ਵਜੇ ਕੋਸ਼ਿਸ਼ ਕਰੀ, ਜਦ ਕਿ 9 ਵਜੇ DC ਸਾਹਿਬ ਨੂੰ ਅਸੀਂ ਪਹਿਲਾਂ ਇਹ ਨੋਟਿਸ ਦੇ ਦਿੱਤਾ ਗਿਆ ਸੀ ਹੜਤਾਲ ਦਾ, ਕਿਉਂਕਿ ਪਹਿਲਾਂ ਵੀ DC ਸਾਹਿਬ ਕੋਲ ਆ ਚੁੱਕਿਆ ਹੈ 10 ਦਿਨ ਪਹਿਲਾਂ, ਅਤੇ ਤਹਿਸੀਲਦਾਰ ਸਾਹਿਬ ਨੂੰ ਦੇ ਕੇ ਅਸੀਂ, ਲੇਕਿਨ ਇਹਨਾਂ ਨੇ ਫਿਰ ਵੀ, ਜਦੋਂ ਕਿ ਇਹਨਾਂ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਤਹਿਸੀਲਦਾਰ ਯੂਨੀਅਨ ਪੰਜਾਬ ਦੇ ਨੇ, ਉਹਨਾਂ ਨੇ ਵੀ ਸਾਰੇ ਆਪਣੇ ਕਿਹਾ ਸੀ ਕਿ ਸਾਡਾ ਤਹਿਸੀਲਦਾਰ ਯੂਨੀਅਨ ਜਿੰਨੇ ਵੀ ਤਹਿਸੀਲਦਾਰ ਨੇ ਤਹਿਸੀਲਦਾਰ ਨੇ ਤੁਹਾਡਾ ਪੂਰਾ ਹੜਤਾਲ ਦੇ ਵਿੱਚ ਸਹਿਯੋਗ ਕਰਨਗੇ, ਲੇਕਿਨ ਫਿਰ ਵੀ ਇਹਨਾਂ ਨੇ ਸਾਨੂੰ ਨਹੀਂ ਪਤਾ ਕੀ ਲਾਲਚ ਦੇ ਵਿੱਚ ਕਰਿਆ ਕੀ ਨਹੀਂ ਕਰਿਆ, ਪ੍ਰਾਈਵੇਟ ਬੰਦਿਆਂ ਨੂੰ ਬਿਠਾ ਕੇ ਸ਼ਾਮ ਨੂੰ ਰਜਿਸਟਰੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜੀ ਕਹਿੰਦੇ ਆ ਨਾਕਾਮ ਕਰੀ ਗਈ ਹੈ, ਅਤੇ ਸ਼ਾਮ ਨੂੰ ਰਜਿਸਟਰੀਆਂ ਕਰਾ ਕੇ ਤਹਿਸੀਲਦਾਰ ਸਾਹਿਬ ਨੂੰ ਉੱਥੋਂ ਭਜਾਇਆ ਗਿਆ। ਇਹ ਹੜਤਾਲ ਅਣਮਿੱਥੇ ਸਮੇਂ ਲਈ ਹੈਗੀ ਆ, ਜਦ ਤੱਕ ਸਰਕਾਰ ਹੁਣ ਕੋਈ ਸਾਡੀਆਂ ਮੰਗਾਂ ਦਾ ਕੋਈ ਪੱਕਾ ਜਾਂ ਠੋਸ ਕੰਮ ਹੈ ਇਹਦਾ ਰਿਜ਼ਲਟ ਨਹੀਂ ਦਿੰਦੀ ਸਾਨੂੰ, ਉਦੋਂ ਤੱਕ ਹੜਤਾਲ ਬਿਲਕੁਲ ਲਾਗੂ ਰਹੂਗੀ। ਅਤੇ ਜਿਹੜੀ ਵੀ ਆਮ ਜਨਤਾ ਨੂੰ ਅਸੀਂ ਮਾਫ਼ੀ ਵੀ ਮੰਗਦੇ ਹਾਂ, ਲੇਕਿਨ ਆਮ ਜਨਤਾ ਨੂੰ ਜਾਂ ਕਿਸੇ ਨੂੰ ਵੀ ਪਰੇਸ਼ਾਨੀ ਹੁੰਦੀ ਆ, ਸਾਡਾ ਕੋਈ ਇਹ ਨਹੀਂ ਹੈ ਵੀ ਪਰੇਸ਼ਾਨ ਕਰੀਏ, ਲੇਕਿਨ ਉਹਦੀ ਸਾਰੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਆ, ਕਿਉਂਕਿ ਪੰਜਾਬ ਸਰਕਾਰ ਲੰਮੇ ਸਮੇਂ ਤੋਂ ਸਾਨੂੰ ਲਾਰੇ ਦੇ ਲਾਰੇ ਦੇ ਲਾਰੇ ਲਾਉਂਦੀ ਆ ਰਹੀ ਹੈ।